Não. ਕੋਈ ਨੀ ਮੋਟੇ ਤੈਨੂੰ ਪੀਟੀਸੀ ਪੰਜਾਬੀ ਤੇ ਲੈ ਕੇ ਆਵਾਂਗੇ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਆਰ ਚੈਨਲ। ਅਤੇ ਅੱਜ ਸਾਨੂੰ ਕੈਨੇਡਾ ਆਏ ਨੂੰ ਮੈਨੂੰ 4 ਮਹੀਨੇ ਹੋ ਗਏ ਆ, ਸਰਫਰਾਜ਼ ਨੂੰ 2 ਮਹੀਨੇ ਹੋ ਗਏ ਨਾ, ਸਿਰਫ 2 ਮਹੀਨੇ ਹੋ ਗਏ, ਹਾਂ 2 ਹੋ ਗਏ। ਅਤੇ ਅੱਜ ਅਸੀਂ ਪਹਿਲੀ ਵਾਰੀ ਕੈਨੇਡਾ ਜਿੱਥੇ ਅਸੀਂ ਘਰ ਵਿੱਚ ਆਏ ਸੀ ਹੁਣ ਅਸੀਂ ਕਰਨ ਲੱਗੇ ਹਾਂ ਉੱਥੋਂ ਮੂਵ। ਸਾਡੇ ਲਈ ਤਾਂ ਬਿਗ ਚੈਲੇਂਜ ਸੀਗਾ ਇਹ, ਲਿਟਰਲੀ ਅਸੀਂ ਨਾ 6 ਬੈਗਸ ਲੈ ਕੇ ਆਏ ਸੀਗੇ ਅਤੇ ਉਹ ਅੜਗੀ ਸਮਾਨ ਹੀ ਇਹਨਾਂ ਇਹ ਤਾਂ ਅਸੀਂ 6 ਬੈਗ ਲੈ ਕੇ ਆਏ ਸੀ ਅਤੇ ਬਈ 6 ਬੈਗ 'ਚੋਂ ਸਾਡਾ ਸਮਾਨ ਕਿੰਨਾ ਹੋ ਗਿਆ ਤੁਹਾਨੂੰ ਦਿਖਾਉਣੇ ਆ। ਇੱਕ ਮਿੰਟ, ਆਹ ਦੇਖੋ, ਆਹ ਸਾਰੀ ਟ੍ਰੇਨ ਗਾਰਡਨ ਸੀ, ਦੇਖੋ ਫੁੱਲ ਮੈਂ ਕਹਿੰਦੀ ਹਾਂ 30-35 ਕਿਲੋ ਦੇ ਬੈਗਸ ਹੋਣੇ ਆ, ਸਾਰੇ ਭਰੇ ਹੋਏ ਆ। ਆਹ ਬਰਤਨ ਫਿਰ ਵੀ ਐਕਸਟਰਾ ਛੁੱਟ ਗਏ, ਸਾਰੇ ਇੰਨੀ ਗਰੋਸਰੀ ਸਾਰਾ ਕੁਛ, ਹਜੇ ਵਿਚਾਰਾ ਸਾਡੇ ਤੋਂ ਬਾਹਰ ਹੀ ਪਿਆ। ਅਤੇ ਆਹ ਦੇਖੋ, ਆਹ ਕਾਟਨ ਕਾਟਨ ਇੰਨੇ ਜ਼ਿਆਦਾ, ਹੁਣ ਐਂ ਨਹੀਂ ਸਮਝ ਆ ਰਿਹਾ ਵੀ ਅਸੀਂ ਨਵੇਂ ਘਰ ਵਿੱਚ ਇਹਨੂੰ ਰੱਖਾਂਗੇ ਕਿਵੇਂ, ਕਿਉਂਕਿ ਉਹ 4th floor ਤੇ ਬਹੁਤ ਉੱਚੀ ਹੈ, ਨਾਲੇ ਉੱਤੋਂ ਲਿਫਟ ਭਾਲਦੀ, ਉੱਥੇ ਲਿਫਟ ਹੋਊਗੀ, ਉੱਥੇ ਲਿਫਟ ਵੀ ਨਹੀਂ ਹੈ। 4th floor ਤੇ ਬਣੇ ਘਰ ਸੋਹਣਾ ਨਵਾਂ ਬਣਿਆ, ਪਹਿਲੇ ਬੰਦੇ ਅਸੀਂ ਆ, ਸਾਨੂੰ ਬਹੁਤ ਮਜ਼ਾ ਆਉਣ ਵਾਲਾ ਤੇ ਆਈ ਹੋਪ ਤੁਹਾਨੂੰ ਵੀ ਮਜ਼ਾ ਆਊਗਾ। ਅਨਫਰਨਿਸ਼ਡ ਸਾਰਾ, ਅਨਫਰਨਿਸ਼ਡ ਹੈ ਗਾਇਸ, ਇੱਕ ਆ ਬੜੀ ਪ੍ਰੋਬਲਮ ਆ, ਬਟ ਇਟਸ ਓਕੇ, ਅਸੀਂ ਫਰਨੀਚਰ ਲੈ ਲਵਾਂਗੇ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਹੋਇਆ। ਪਰ ਸਾਨੂੰ ਤਾਂ ਡਰ ਹੀ ਲੱਗ ਰਿਹਾ ਸੀ, ਤਾਂ ਇੱਥੇ ਫਰਨਿਸ਼ਡ ਸੀਗਾ ਫਿਰ ਵੀ ਇੰਨਾ ਜ਼ਿਆਦਾ ਸਮਾਨ ਹੋ ਗਿਆ, ਹੁਣ ਉੱਥੇ ਫਰਨੀਚਰ ਲਵਾਂਗੇ ਤੇ ਗਾਂ ਕਿਤੇ ਜਾਣਾ ਹੋਇਆ ਤਾਂ ਪਤਾ ਨਹੀਂ ਕੀ ਬਣੂਗਾ। ਬਟ ਐਨੀਵੇਜ਼ ਚਲੋ ਕੋਈ ਨਾ, ਹੁਣ ਤੁਹਾਨੂੰ ਨੈਕਸਟ ਘਰ ਵਿੱਚ ਦਿਖਾਉਂਦੇ ਹਾਂ ਇੱਥੇ ਜਦੋਂ ਮੂਵ ਹੋਏ ਕਿਵੇਂ ਅਸੀਂ ਸਮਾਨ ਲੈ ਕੇ ਜਾਂਦੇ ਹਾਂ, ਕਿਵੇਂ ਤਾਂ ਚੜਾਉਂਦੇ ਹਾਂ ਅਤੇ ਕਿਵੇਂ ਉੱਥੇ ਸ਼ਿਫਟ ਕਰਕੇ ਕਿਵੇਂ ਉੱਥੇ ਅਸੀਂ ਸਮਾਨ ਰੱਖਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ। ਆਹ ਕਾਫੀ ਹੈਵੀ ਹੈ, ਇਹਦਾ ਤੁਸੀਂ ਚੱਕਿਆ ਤੋ ਠੀਕ ਹੈ, ਤੈਨੂੰ ਲਾਦਾ ਨਹੀਂ, ਇਟ ਵੁੱਡ ਬੀ ਹੈਵੀ, ਬੰਦ ਕਰ ਦੇ ਇੱਕ ਵਾਰੀ ਬੰਦ। ਕਾਫੀ ਸਟੋਰੇਜ ਹੈ ਇਹਦੀ, ਹਨਾ ਸਰਫਰਾਜ਼? ਵੀਰੇ ਹੋਣਾ ਦਾ ਵੀ ਸਮਾਨ ਆ ਗਿਆ ਨਾਲ ਹੀ। ਸਾਡਾ ਸਮਾਨ ਹੈ ਸਿਰਫ
ਆ ਕਿਚਨ ਆ ਗਈ ਕਾਫੀ ਰੂਮ ਦਾ ਚਲੋ ਹੋਮ ਟੂਰ ਵੇਲੇ ਦਿਖਾਵਾਂਗੇ ਹੁਣ ਇੱਕ ਵਾਰੀ ਸਮਾਨ ਚੈੱਕ ਕਰਨਾ ਲਓ ਜੀ ਆਹ ਹੈਗਾ ਸਾਡਾ ਨਵਾਂ ਘਰ ਹਜੇ ਜਮਾਂ ਤੁਹਾਨੂੰ ਖਾਲੀ ਦਿਖਦਾ ਹੋਣਾ ਇੱਧਰ ਆ ਗਈ ਲੋਬੀ ਤੇ ਹੌਲੀ ਹੌਲੀ ਜੇ ਭਰਨੀ ਹੈ ਨਾ ਚੀਜ਼ਾਂ ਹਾਂ ਸਾਰੇ ਮੈਂ ਅੱਜ ਨਾ ਸਾਰੇ ਜਿਹੜੇ ਫਰੈਂਡਸ ਹੀ ਆਏ ਇੱਥੇ ਨਾਲ ਵੀ ਨਾਲ ਦੇ ਆ ਬਾਹਰ ਆ ਗਏ ਸਾਰਾ ਲਿਵਿੰਗ ਵੀ ਘੰਟਾ ਵਿਊ ਆ ਉਹ ਤੇ ਇੱਧਰ ਆ ਬਾਕੀਆਂ ਕਿਚਨ ਆ ਗਈ ਹਾਂਜੀ ਆ ਕਿਚਨ ਆ ਗਈ ਹੈ ਸਾਡਾ ਸਮਾਨ ਆ ਸੈੱਟ ਕਰਨਾ ਸਾਰਾ ਆ ਵਾਸ਼ਰੂਮ ਆ ਓਕੇ ਤੇ ਆਹ ਆ ਗਿਆ ਸਾਡੇ ਰੂਮ ਨਾਲ ਪ੍ਰਾਈਵੇਟ ਵਾਸ਼ਰੂਮ ਵੀ ਹੈ ਆ ਕੇ ਆ ਸਾਡਾ ਰੂਮ ਆ ਗਿਆ ਹਜੇ ਤਾਂ ਖਾਲੀ ਖਾਲੀ ਲੱਗਦਾ ਹਜੇ ਬਿਲਕੁਲ ਖਾਲੀ ਆ ਕਲੋਜ਼ਟ ਹਾਂਜੀ ਹੌਲੀ ਹੌਲੀ ਭਰਾਂਗੇ ਆ ਸਾਡਾ ਰੂਮ ਚੋਂ ਵਿਊ ਹੈ ਸੀ ਦਿਸ ਇਜ਼ ਕੂਲ ਹੈ ਨਾ ਰੂਮ ਚੋਂ ਵਿਊ ਸੋਹਣਾ ਆ ਰਿਹਾ ਬਾਕੀ ਨਾਲ ਰਿਚ ਰਿਚ ਵਿਊ ਆ ਰਿਹਾ ਜਮਾ ਘਰ ਹੁਣ ਬਣਿਆ ਤੇ ਮੈਂ ਕਹਿੰਦਾ ਵੀ ਪਹਿਲੇ ਬੰਦੇ ਅਸੀਂ ਆ ਗਏ ਇੱਥੇ ਨਾਲ ਅਸੀਂ ਤੁਸੀਂ ਚਾਰ ਪੀ ਜਾਣੀ ਆ ਤੇ ਉਹ ਵੀ ਆਪ ਦੇ ਯਾਰ ਦੋਸਤ ਦੇ ਸਾਰੇ ਵੀ ਵਧੀਆ ਰਹਿਣਾ ਸੁੱਖਾ ਹੋ ਜਾਂਦਾ ਨਾ ਹੋਰ ਚਲੋ ਹੁਣ ਆਪਾਂ ਸਮਾਨ ਰੱਖੀਏ ਫਿਰ ਕਿਚਨ 'ਚ ਤੇ ਨਾਲੇ ਦਿਖਾ ਦਿੰਦੇ ਆਪਾਂ ਕਿਚਨ ਕੀ ਲੈ ਕੇ ਆਏ ਆ ਫਰਸਟ ਟਾਈਮ ਆਪਾਂ ਦਿਖਾਏ ਨਹੀਂ ਸੀ ਇੰਡੀਆ ਤੋਂ ਆਪਾਂ ਕੀ ਲੈ ਕੇ ਆਏ ਹਨਾ ਬਸ ਮਿਕਸੀ ਆ ਤਾਂ ਮੈਂ ਇੱਥੋਂ ਆ ਕੇ ਲਿਆ ਸੀਗਾ ਏ ਬਾਬਾ ਚਲੋ ਜੀ ਹੁਣ ਆਪਾਂ ਸਾਰਾ ਸਮਾਨ ਰੱਖ ਲਈਏ ਰੱਖ ਲਈਏ ਹਨਾ ਹੌਲੀ ਹੌਲੀ ਕਰਕੇ ਸਾਫ ਜਾਊਗਾ ਇੱਕ ਵਾਰੀ ਤਾਂ ਹੋਰ ਹੀ ਹੋਇਆ ਪਿਆ ਲੋ ਬਈ ਆਹ ਡੱਬੇ ਭਰ ਕੇ ਲਿਆ ਕੀ ਹੋ ਸਾਰੇ ਖਾਲੀ ਕਰਤੇ ਡੱਬੇ ਆਹ ਭਰ ਕੇ ਲੈਂਦੇ ਸੀ ਅਸੀਂ ਤਾਂ ਇਹ ਗਰੋਸਰੀ ਵਾਲੇ ਤੋਂ ਚੱਕ ਲੈਂਦੇ ਸੀ ਅਸੀਂ ਕਿ ਅੱਜ ਸਮਾਨ ਪਹੁੰਚ ਵਧੀਆ ਹਜੇ ਸਾਡੇ ਕੋਲ ਆਹ ਪਿਆ ਇੱਕ ਇਕਲੌਤਾ ਕੁਰਸੀ ਆਹੀ ਵੀ ਘੈਂਟ ਚੀਜ਼ ਆ ਸੀ ਉਹਨੂੰ ਪੁੱਛੇ ਤੂੰ ਘਰ ਲੈਣਾ ਹੈ ਮੈਂ ਕਿਹਾ ਵੀ ਇੱਥੇ ਬਾਲਕਨੀ ਤਾਂ ਹੈ ਨਹੀਂ ਗੇਟ ਕਾਹਤੋਂ ਬਣਾਇਆ ਅਤੇ ਬਾਈ ਕਹਿੰਦਾ ਜੇ ਤੁਹਾਡੀ ਆਪਸ 'ਚ ਮਤਭੇਦ ਹੋ ਜਾਵੇ ਤਾਂ ਅਸੀਂ ਇੱਥੋਂ ਬੰਦਾ ਥੱਲੇ ਸਿੱਟ ਦਿੰਦੇ ਹਾਂ ਕਹਿੰਦਾ ਸੱਚੀ ਉਹਨੇ ਸਾਨੂੰ ਆਹੀ ਕਿਹਾ ਆਪ ਇਹ ਇੱਥੇ ਹੈ ਹੀ ਨਹੀਂ ਖੋਲ੍ਹਦਾ ਤਾਂ ਹੈਗਾ ਥੱਲੇ ਉਹ ਪਾਸੇ 'ਚ ਪਤਾ ਕਰ ਵਾਸਤੇ ਮੈਂ ਕੱਟਣ ਕੁੱਟਣ ਵਾਸਤੇ ਆ ਅਸੀਂ ਆਏ ਹਾਂ ਜੀ ਵਾਲਮਾਰਟ ਥੋੜ੍ਹਾ ਬਹੁਤ ਸਮਾਨ ਲੈਣਾ ਸੀਗਾ ਘਰ ਨਵਾਂ ਤਾਂ ਕੁਛ ਵੀ ਨਹੀਂ ਹੈਗਾ ਹੈ ਨਾ ਬਿਨ ਵਗੈਰਾ ਸਾਰਾ ਕੁਛ ਠੰਡ ਬਹੁਤ ਹੈ ਅਸੀਂ ਟੀ ਸ਼ਰਟਸ 'ਚ ਘੁੰਮ ਰਹੇ ਹਾਂ ਸਵੇਰ ਦੇ ਹਾਂਜੀ ਉਹ ਵੀ ਦੇਖ ਲੈਂਦੇ ਹਾਂ ਮੈਟਰਸ ਤਾਂ ਚਾਹੀਦਾ ਹੀ ਆ ਲਓ ਜੀ ਕਿਚਨ ਥੋੜ੍ਹੀ ਸੈੱਟ ਕੀਤੀ ਹੈ ਮੈਸ ਚੱਕਿਆ ਕਿਚਨ 'ਚੋਂ ਅਤੇ ਸਰਫਰਾਜ ਸ਼ੂ ਰੈਕ ਜੋੜ ਰਹੇ ਹੋ ਸ਼ਫੀ ਸ਼ੂ ਰੈਕ ਲੈ ਕੇ ਆਉਂਦਾ ਸੀ ਤੁਹਾਨੂੰ ਪਤਾ ਅੱਛਾ ਮੈਨੂਅਲ ਦਿੱਤੀ ਹੈ ਨਾਲ ਓਕੇ
ਸਰਫਸ ਆ ਕੀ ਕਰ ਰਹੇ ਹੋ? ਇੱਥੇ ਛੋਟੀਆਂ ਪਾਈਪਸ ਲੱਗਣਗੀਆਂ, ਮੰਜੇ ਵਰਗਾ ਸ਼ੋ ਰੈਕ ਬਣਾ, ਬੈੱਡ ਫਰੇਮ ਨਹੀਂ ਬਣਾਉਣਾ ਚਾਹੁੰਦੀ, ਆਪਾਂ ਸ਼ੋ ਰੈਕ ਅਸੈਂਬਲ ਕਰਨਾ। ਤੋੜੋ ਇਹਨੂੰ, ਆ ਛੋਟੀਆਂ ਦੀਆਂ ਲਾਓ, ਛੋਟੀਆਂ ਪਾਈਪਸ ਪਈਆਂ। ਹਾਂ ਛੋਟੀ ਵਾਲੀ ਲੱਗੂਗੀ ਨਾ, ਸਭ ਤੋਂ ਛੋਟੀ ਵਾਲੀ ਨੀਚੇ ਲੱਗੂਗੀ। ਮੈਨੂਅਲ ਚੈੱਕ ਕਰੋ ਨਾ, ਮੈਨੂਅਲ। ਹਾਂ ਬਹੁਤ ਜ਼ਿਆਦਾ ਥੱਕ ਗਏ ਅਤੇ ਖਲਾਰਾ ਦੇਖੋ ਰੂਮ 'ਚ। ਸਰਫਰਾਜ ਹੁਣ ਹੌਲੀ ਹੌਲੀ ਕਰਕੇ ਆਪਦੇ ਕੱਪੜੇ ਟੰਗ ਰਹੇ ਆ, ਅਤੇ ਫਿਰ ਮੈਂ ਉੱਠੂੰਗੀ। ਮੈਂ ਸਾਰਾ ਕਿਚਨ ਕੀਤਾ, ਬਹੁਤ ਜ਼ਿਆਦਾ ਥੱਕ ਚੁੱਕਿਆ, ਹਨੇਰਾ ਹੋ ਗਿਆ, ਸਵੇਰ ਦੇ ਆਹ ਕੁਛ ਕਰ ਰਹੇ ਹਾਂ। ਵਲੌਗ 'ਚ ਬਹੁਤ ਛੋਟਾ ਲੱਗ ਰਿਹਾ, ਪਰ ਅਸੀਂ ਸਾਰਾ ਦਿਨ ਬਹੁਤ ਪਕਾਈ ਕੀਤੀ ਹੈ, ਹੈ ਨਾ ਜੋਫੀ? ਸਾਰਾ ਦਿਨ ਹੀ ਬਹੁਤ ਟਾਈਮ ਲੱਗਿਆ। ਚੇਂਜ ਕਰਕੇ ਆ ਗਏ ਨਿਸ਼ਤੀ, ਹੁਣੇ ਤਾਂ ਇੱਧਰ ਨੂੰ ਗਏ ਸੀ, ਚੇਂਜ ਕਿਵੇਂ ਕਰ ਰਹੇ? ਲੈ ਤੁਸੀਂ ਤਾਂ ਟ੍ਰਾਂਜੀਸ਼ਨ ਰੀਲ ਬਣਾ ਰਹੇ ਹੋ ਵਲੌਗ 'ਚ। ਹਾਏ ਕਿੰਨਾ ਖਲਾਰਾ ਪਿਆ ਸਰਫਰਾਜ, ਮੇਰਾ ਨਾ ਹੈਡਕ ਲੱਗ ਰਹੀ ਹੈ, ਇੰਨਾ ਖਲਾਰਾ। ਠੀਕ ਹੈ ਜੀ, ਆਹ ਬੈਗ ਨਹੀਂ ਖੋਲਿਆ। ਹਾਏ ਜਮਾ ਨੀਚਲੀ ਬਾਡੀ ਆ ਰਹੀ ਹੈ, ਫੇਸ ਤਾਂ ਜਮਾ ਨਹੀਂ ਆ ਰਿਹਾ। ਘੁਮਾਓ ਮੈਟਰਸ ਰੱਖ ਲਿਆ, ਸਾਰਾ ਮੈਸ ਉਵੇਂ ਪਿਆ, ਸਰਫਸ ਨਹਾਉਣ ਗਏ ਆ। ਮੈਨੂੰ ਲੱਗਦਾ ਹੁਣ ਇਹ ਸਭ ਸਵੇਰੇ ਹੀ ਹੋਊਗਾ, ਸਵੇਰੇ ਦਿਖਾਵਾਂਗੇ ਤੁਹਾਨੂੰ ਕੀ ਕੀਤਾ। ਮੈਨੂੰ ਲੱਗਦਾ ਮੈਂ ਸਵੇਰੇ ਚੱਕੀ ਜਾਣੀ ਆ, ਕਿ ਹੁਣ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ। ਕਿਸੇ ਦੀ ਫੋਟੋ ਨਹੀਂ ਆਊਗੀ, ਮੈਂ ਤਾਂ ਹਜੇ ਸੋ ਰਹੀ ਸੀਗੀ ਅਤੇ ਮੈਂ ਦੇਖਿਆ ਕਿ ਸਰਫਰਾਜ਼ ਉੱਠ ਕੇ ਸਮਾਨ ਸਾਂਭਣ ਲੱਗ ਗਏ। ਪਹਿਲਾਂ ਚਾਹ ਨਹੀਂ, ਬਾਕੀ ਕੀ ਹੁੰਦਾ, ਬਾਕੀ ਕੰਮ ਦੂਜਾ, ਪਹਿਲਾਂ ਚਾਹ ਪੇਟ ਪੂਜਾ। ਹਾਂ ਪਹਿਲਾਂ ਪੇਟ ਪੂਜਾ, ਬਾਕੀ ਕੰਮ ਦੂਜਾ। ਅਤੇ ਪਹਿਲਾਂ ਚਾਹ ਪੀ ਕੇ ਫਿਰ ਅਸੀਂ ਲੱਗਾਂਗੇ ਆ ਮੈਸ ਸਮੇਟਣ। ਭੂਚਾਲ ਆ ਗਿਆ ਗਾਇਸ, ਆਵਾਜ਼ ਵੇਖਿਆ ਨਹੀਂ ਬੰਦ ਕਰ ਦੁਬਾਰੀ। ਜਦੋਂ ਬੰਦ ਕਰਦੇ ਉਦੋਂ ਹੁੰਦਾ
ਇੱਕ ਚ ਨਾ ਪਾਏ ਨਾ ਲਓ ਬਈ ਆਹ ਆਹ ਕੱਲ ਨਾ ਟਰੱਕ ਚ ਰੱਖਿਆ ਸੀਗਾ ਤੇ ਹੁਣ ਸਾਰਾ ਕੁਝ ਵਿੱਚ ਸੀਗਾ ਮਿਲਕ ਮੁਲਕ ਵਗੈਰਾ ਤੇ ਹੋ ਗਿਆ ਕੰਮ ਕੱਲ ਜਦੋਂ ਇੱਥੇ ਕੇ ਟਰੱਕ ਰੋਕਿਆ ਤੇ ਉਦੋਂ ਬਾਅਦ ਵੇਖਿਆ ਡੱਬੇ ਡੁੱਬੇ ਬੁਰਾ ਹਾਲ ਇਹ ਨਾ ਇੱਕ ਮਿਲਾਰਾ ਖੁੱਲਿਆ ਸੀ ਹਨਾ ਪੈਕਟ ਉਹਦੇ ਚ ਹੋਇਆ ਚੰਗੀ ਤਰ੍ਹਾਂ ਟੇਪ ਲਾਈ ਹੋਈ ਸੀ ਪਤਾ ਨਹੀਂ ਟੇਪ ਵੀ ਕਿਵੇਂ ਉਤਰ ਗਈ ਸਾਰੇ ਹਜੇ ਬਸ ਨਾ ਮਸਾਂ ਦੋ ਬੈਗਸ ਰੱਖੇ ਆ ਮਿਲਕ ਨਾਲ ਬਸ ਹਜੇ ਹੋਊਗਾ ਸਹੀ ਫਿਰ ਤੁਹਾਨੂੰ ਹੋਰ ਅੱਗੇ ਵਿਖਾਉਣੇ ਆ ਬੜਾ ਔਖਾ ਹੈ ਵੈਸੇ ਮੂਵ ਮੂਵ ਕਰਨਾ ਬਹੁਤ ਜ਼ਿਆਦਾ ਡਿਫਿਕਲਟ ਕੰਮ ਹੈ ਇਹ ਅਸੀਂ ਹਜੇ ਤਾਂ 4 ਕਿਲੋਮੀਟਰ ਦੂਰ ਹੀ ਆਏ ਹਾਂ ਆਹੋ ਫਿਰ ਵੀ ਕਿਤੇ ਹੋਰ ਜਾਣਾ ਪੈਣਾ ਤਾਂ ਹਾਂਜੀ ਇਹ ਸੀ ਮੈਂ ਐਮਾਜ਼ੋਨ ਤੋਂ ਆਰਡਰ ਕੀਤਾ ਸੀਗਾ ਜਦੋਂ ਸਰਪ੍ਰਾਈਜ਼ ਨਹੀਂ ਆਏ ਸੀ ਉਦੋਂ ਦਾ ਆਰਡਰ ਕੀਤਾ ਉਦੋਂ ਫਿਰ ਵਲੋਗਿੰਗ ਹਜੇ ਇੱਕ ਵਾਰੀ ਕਰ ਨਹੀਂ ਰਹੇ ਸੀਗੇ ਤਾਂ ਕਰਕੇ ਤੁਹਾਨੂੰ ਹੁਣ ਦਿਖਾਉਂਦੇ ਇਹ ਨਾ ਅਸੀਂ ਦੁਬਾਰੇ ਜੋੜਾਂਗੇ ਹੁਣ ਸੋਰੀ ਅਤੇ ਸਰਪ੍ਰਾਈਜ਼ ਹੁਣ ਜੋੜਨਗੇ ਸਰਪ੍ਰਾਈਜ਼ ਨੂੰ ਆਉਂਦਾ ਨਹੀਂ ਸਰਪ੍ਰਾਈਜ਼ ਨੂੰ ਸਿਖਾਉਂਗੀ ਮੈਂ ਤੁਹਾਨੂੰ ਨਹੀਂ ਪਤਾ ਪਿਛਲੀ ਵਾਰੀ ਮੈਂ ਇਕੱਲੀ ਨੇ ਜੋੜਿਆ ਸੀਗਾ ਤਾਂ ਨਹੀਂ ਪਤਾ ਬਸ ਬਹੁਤ ਹੱਦ ਤੱਕ ਸਮਾਨ ਚੱਕਿਆ ਗਿਆ ਅਤੇ ਹੁਣ ਬਸ ਆਹ ਜੋੜ ਕੇ ਫਿਰ ਜਿਹੜਾ ਮਾੜਾ ਮੋਟਾ ਸਮਾਨ ਆ ਉਹ ਇਹਦੇ ਵਿੱਚ ਆ ਜੂਗਾ ਅਤੇ ਸਰਫਸ ਆ ਜਾਓ ਬਾਹਰ ਆ ਜਾਓ ਬਣਾਈਏ ਇਹਨੂੰ ਲਓ ਵੀ ਕਹਿੰਦੇ ਮੁੰਡਿਆਂ ਨੇ ਤਿਆਰ ਕਰਤਾ ਅਤੇ ਇਹ ਜਿਹੜੇ ਆਡੀ ਚੱਲੀ ਜਾਂਦੀਆਂ ਉਹ ਦੀਵਾਲੀ ਦੀਵਾਲੀ ਆ ਗਈ ਦੀਵਾਲੀ ਅਤੇ ਬਸ ਬਾਕੀ ਹਜੇ ਸਮਾਨ ਲਿਆਉਣਾ ਪਿਆ ਟੇਬਲ ਟੂਬਲ ਵਿੱਚ ਲਿਆਵਾਂਗੇ ਅਤੇ ਲਓ ਜੀ ਚੈੱਕ ਕਰੋ ਸਾਡਾ ਰੂਮ ਆਰ ਨਿਊ ਰੂਮ ਅਸੀਂ ਆਪਦੇ ਜਾਣੇ ਕਰਤਾ ਹਨਾ ਬਹੁਤ ਕਲੀਨ ਕਰਤਾ ਸਰਫਸ ਨਹੀਂ ਨਹੀਂ ਹੁਣ ਤਾਂ ਵਧੀਆ ਹੋ ਗਿਆ ਕਲੀਨ ਕਰਤਾ ਰੱਖ ਵੀ ਦਿੱਤਾ ਵਾ ਸਾਈਡ ਟੇਬਲਸ ਦੀ ਕਮੀ ਹੈ ਸਾਈਡ ਟੇਬਲਸ ਲੈ ਕੇ ਆਉਣੇ ਆ ਅਸੀਂ ਵਾਲ ਵੀ ਆਪਦੇ ਥੋੜੀ ਆਪਦੇ ਵੱਲੋਂ ਡੈਕੋਰੇਟ ਕੀਤੀ ਹੈ ਤੇ ਪਿਕਚਰਸ ਵੀ ਲਿਆਵਾਂਗੇ ਬਸ ਆਪਾਂ ਹੁਣ ਟੇਬਲ ਰਹਿ ਗਿਆ ਹਨਾ ਟੇਬਲ ਜੀ ਬਸ ਸਾਈਡ ਟੇਬਲ ਰਹਿ ਗਿਆ ਹਾਂ ਤੇ ਥੈਂਕ ਯੂ ਤੇ ਸਾਡਾ ਦੱਸਿਓ ਵਲੌਗ ਕਿੱਦਾਂ ਦਾ ਲੱਗਿਆ ਤੇ ਹੋਪਸ ਤੁਹਾਡੇ ਲਈ ਜਲਦੀ ਜਲਦੀ ਵਲੌਗ ਲੈ ਕੇ ਆਈਏ ਨਹੀਂ ਟਾਈਮ ਲੱਗ ਰਿਹਾ ਜਲਦੀ ਲੈ ਕੇ ਆਉਣ ਦਾ ਤੇ ਪਲੀਜ਼ ਲਾਈਕ ਤੇ ਸ਼ੇਅਰ ਕਰ ਦਿਓ ਬਾਏ